ਸੁਭਾਸ਼ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ। ਅੱਜ ਬੜੀ ਮਹੱਤਵਪੂਰਨ ਮੀਟਿੰਗ ਕਹਿ ਸਕਦੇ ਹਾਂ ਜੀ, ਮੰਥਨ ਹੋਣਾ ਹੈ। ਤੁਸੀਂ ਬੇਸ਼ੱਕ ਨਵੇਂ ਉਮੀਦਵਾਰ ਦੇ ਤੌਰ ਤੇ ਤੁਹਾਨੂੰ ਉੱਥੇ ਉਤਾਰਿਆ ਗਿਆ ਸੀ, ਪਰ ਕਹਿੰਦੇ ਘਰ ਤੁਸੀਂ ਵੀ ਠੀਕ ਠਾਕ ਗਏ, ਦਿਨਾਂ ਦੇ ਵਿੱਚ ਹੀ ਕਹਿੰਦੇ ਵੋਟ ਠੀਕ ਠਾਕ ਲੈ ਗਏ। ਇਸ ਮੰਥਨ ਦੇ ਵਿੱਚ ਇਹ ਜਿਹੜੀ ਵੋਟ ਪ੍ਰਤੀਸ਼ਤ ਵਧੀ ਉਹਨੂੰ ਪਲੱਸ ਪੁਆਇੰਟ ਵਾਲੇ ਪਾਸੇ ਦੇਖਿਆ ਜਾਵੇਗਾ ਜਾਂ ਫਿਰ ਕੋਈ ਸੀਟ ਨਹੀਂ ਆਈ ਉਹਨੂੰ ਲੈ ਕੇ ਕਿਤੇ ਨਾ ਕਿਤੇ ਮੰਥਨ ਹੋਏਗਾ? ਨਹੀਂ, ਮੰਥਨ ਤਾਂ ਸਾਰਾ ਹੀ ਹੋਏਗਾ, ਲੇਕਿਨ ਇੱਕ ਬੜਾ ਸਪਸ਼ਟ ਜਿਹੜਾ ਪੰਜਾਬ ਨੇ ਇੱਕ ਮੈਂਡੇਟ ਦਿੱਤਾ, ਦੋ ਗੱਲਾਂ ਇਸ ਨਤੀਜਿਆਂ 'ਚ ਉੱਭਰ ਕੇ ਸਾਹਮਣੇ ਆਈਆਂ ਕਿ ਬੀਜੇਪੀ ਦਾ ਪੰਜਾਬ 'ਚ ਰਾਈਜ਼ ਹੋ ਰਿਹਾ ਔਰ ਬੜਾ ਸਿਗਨੀਫਿਕੈਂਟ ਰਾਈਜ਼ ਹੋ ਰਿਹਾ, ਬੜਾ ਰਿਲੀਵੈਂਟ ਹੈ ਰਾਈਜ਼। 6.5% ਤੋਂ 19% ਤੇ ਅੱਜ ਬੀਜੇਪੀ ਖੜੀ ਹੋ ਗਈ, ਇੰਨੇ ਕੁਪ੍ਰਚਾਰ ਦੇ ਬਾਵਜੂਦ, ਇੰਨੇ ਦੁਸ਼ਪ੍ਰਚਾਰ ਦੇ ਬਾਵਜੂਦ, ਇੰਨੀਆਂ ਬੀਜੇਪੀ ਦੇ ਖਿਲਾਫ ਸਾਜ਼ਿਸ਼ਾਂ ਦੇ ਬਾਵਜੂਦ ਸਾਰੀਆਂ ਤਾਕਤਾਂ ਬੀਜੇਪੀ ਦੇ ਖਿਲਾਫ ਇਕਜੁੱਟ ਸੀਗੀਆਂ। ਈਵਨ ਕਾਂਗਰਸ, ਆਮ ਆਦਮੀ ਪਾਰਟੀ ਵੀ ਪੰਜਾਬ 'ਚ ਇਕਜੁੱਟ ਸੀਗੀ ਬੀਜੇਪੀ ਨੂੰ ਹਰਾਉਣ ਲਈ। ਉਹਦੇ ਬਾਵਜੂਦ ਜੇ ਬੀਜੇਪੀ ਦੇ ਤਾਕਤਵਰ ਰੂਪ ਨਾਲ ਉਭਰੀ ਹੈ ਤੇ ਉਹਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਪਰ ਇਹ ਵੋਟ ਸ਼ੇਅਰ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਨੂੰ ਲੈ ਕੇ ਇਹ ਵੀ ਸਵਾਲ ਚੱਕਿਆ ਜਾਂਦਾ, ਕਹਿੰਦੇ ਪਹਿਲਾਂ ਕੁਝ ਸੀਟਾਂ ਸੀ ਹੁਣ ਪੂਰੀਆਂ 13 ਤੇ ਸੀ, ਉਹ ਕਹਿੰਦੇ ਕਿ ਵੋਟ ਪ੍ਰਤੀਸ਼ਤ ਤਾਂ ਉਹਦੇ ਨਾਲ ਹੀ ਵੱਧ ਗਿਆ, ਐਸਾ ਵੀ ਵਿਰੋਧੀ ਕਹਿੰਦੇ ਨੇ? ਐਸਾ ਵਿਰੋਧੀਆਂ ਨੂੰ ਇਹ ਗੱਲ ਦੀ ਸਮਝ ਹੀ ਨਹੀਂ ਗਈ। ਮੈਂ ਆਪਣੇ ਹਲਕੇ ਦੀ ਗੱਲ ਕਰਦਾ, ਆਨੰਦਪੁਰ ਸਾਹਿਬ, ਅਸੀਂ 9 ਦੀਆਂ 9 ਵਿਧਾਨ ਸਭਾ ਲੜੀਆਂ ਸੀ 2022 'ਚ, ਜਿਸ ਵਿਧਾਨ ਸਭਾ 'ਚ ਸਾਨੂੰ 18,000 ਵੋਟ ਪਈ ਸੀ ਉੱਥੇ 37 ਪੈ ਰਹੀ ਹੈ, ਜਿੱਥੇ 12,000 ਵੋਟ ਪਈ ਸੀ ਉੱਥੇ 40,000 ਪੈ ਰਹੀ ਹੈ, ਜਿੱਥੇ 2200 ਵੋਟ ਪਈ ਸੀ ਉੱਥੇ 10,000 ਪੈ ਰਹੀ ਹੈ। 4-4 ਗੁਣਾ 5-5 ਗੁਣਾ ਵੋਟ ਮੇਰੀ ਹਰ ਵਿਧਾਨ ਸਭਾ 'ਚ ਵਧੀ ਹੈ। ਕਿਤੇ ਨਾ ਕਿਤੇ ਸ਼ਹਿਰਾਂ ਦੇ ਵਿੱਚ ਠੀਕ ਠਾਕ ਬੀਜੇਪੀ ਕਰ ਗਈ, ਪਰ ਪਿੰਡਾਂ ਦੇ ਵਿੱਚ ਕਹਿੰਦੇ ਪਿੰਡਾਂ 'ਚ ਤਾਂ ਨੋ ਐਂਟਰੀ ਵਾਲੇ ਬੋਰਡ ਆ ਜਿਹੜੇ ਉਹ ਨਜ਼ਰ ਆਉਂਦੇ ਸੀ ਕਿਸਾਨੀ ਅੰਦੋਲਨ ਦੇ ਚੱਲਦਿਆਂ, ਉਹਨੂੰ ਇੱਕ ਵੱਡਾ ਕਾਰਨ ਮੰਨਦੇ ਹੋ? ਉਸ ਕਾਰਨ ਨੂੰ ਦੂਰ ਕਰਨ ਦੀ ਕੋਸ਼ਿਸ਼ ਹੋਏਗੀ? ਕਿਉਂਕਿ ਕਹਿੰਦੇ ਨੇ ਜੇ ਪੰਜਾਬ ਦੇ ਵਿੱਚ ਵੱਡਾ ਪੇਂਡੂ ਵੋਟਰ ਹੈ, ਵੱਡਾ ਵੋਟਰ ਜਿਹੜਾ ਹੈਗਾ ਕਿਸਾਨ ਹੈ, ਤਾਂ ਉਹਨੂੰ ਜੇ ਨਾਲ ਲੈਣਾ 2027 ਤੇ ਜੇ ਝਾਤ ਮਾਰਨੀ ਆ ਤਾਂ ਕਹਿੰਦੇ ਉਹਨੂੰ ਨਾਲ ਲੈਣਾ ਪੈਣਾ। ਜਿਹੜੇ ਤਾਂ ਨੋ ਐਂਟਰੀ ਵਾਲੇ ਬੋਰਡ ਸੀ ਉਹ ਪੋਲੀਟੀਕਲੀ ਸਪਾਂਸਰਡ ਬੋਰਡ ਸੀ, ਪਿੰਡਾਂ ਦੇ ਲੋਕਾਂ ਨੇ ਉਹਨੂੰ ਕੋਈ ਭਾਅ ਨਹੀਂ ਦਿੱਤਾ। ਮੈਂ ਤਾਂ ਆਪ ਤੁਹਾਨੂੰ ਦੱਸਦਾ, ਮੈਨੂੰ 20 ਦਿਨ ਮਿਲੇ ਸੀ ਕੈਂਪੇਨ ਕਰਨ ਲਈ, ਮੇਰੀ ਟਿਕਟ ਬਹੁਤ ਲੇਟ ਹੋਈ। ਮੈਂ ਲਗਭਗ 150 ਪਿੰਡਾਂ 'ਚ ਸਭਾਵਾਂ ਕਰਕੇ ਆਇਆ, 169 ਪਿੰਡ ਮੈਂ 169 ਪਿੰਡਾਂ 'ਚ ਸਭਾਵਾਂ ਕੀਤੀਆਂ ਔਰ ਇੰਨਾ ਜ਼ਬਰਦਸਤ ਰਿਸਪੋਂਸ ਸੀ, ਔਰ 4-5 ਪਿੰਡਾਂ ਨੂੰ ਛੱਡ ਕੇ ਸਾਰੇ ਪਿੰਡਾਂ 'ਚ ਮੈਂ ਲੀਡ ਕੀਤੀ ਹੈ। ਬਾਕੀ ਪਿੰਡਾਂ 'ਚ ਮੈਂ ਜਾ ਨਹੀਂ ਸਕਿਆ ਸਮੇਂ ਦੀ ਘਾਟ ਕਰਕੇ। ਅਗਰ ਮੈਨੂੰ 1 ਮਹੀਨਾ ਮਿਲਦਾ ਸਾਰੇ ਪਿੰਡਾਂ ਜਾਂਦਾ, ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਿੰਡਾਂ 'ਚੋਂ ਵੀ ਲੀਡ ਮਿਲਦੀ। ਪਿੰਡਾਂ ਦੇ ਲੋਕ ਤਿਆਰ ਬੈਠੇ ਆ, ਕੋਈ ਵਿਰੋਧ ਨਹੀਂ ਹੈ। ਕਿਸਾਨ, ਕਿਸਾਨੀ, ਖੇਤ ਮਜ਼ਦੂਰ, ਪਿੰਡਾਂ ਦੇ ਰਹਿਣ ਵਾਲੇ ਬਾਕੀ ਭਾਈਚਾਰਿਆਂ ਦੇ ਲੋਕ ਉਹ ਇਸ ਗੱਲ ਨੂੰ ਮਹਿਸੂਸ ਕਰ ਰਹੇ ਆ ਕਿ ਯਾਰ ਮੋਦੀ ਸਾਹਿਬ ਨਾਲ ਜੁੜ ਕੇ, ਬੀਜੇਪੀ ਨਾਲ ਜੁੜ ਕੇ ਫਾਇਦਾ ਹੈ, ਇਸ ਕਰਕੇ ਇੰਨੀ ਵੋਟ ਪਈ ਹੈ। ਠੀਕ ਹੈ ਜੀ, ਸ਼ਹਿਰਾਂ 'ਚ ਸਾਡਾ ਨੈਟਵਰਕ ਬੜਾ ਸਟਰੋਂਗ ਸੀ ਪਾਰਟੀ ਦਾ, ਅਸੀਂ ਉਸ ਮਾਹੌਲ ਨੂੰ ਵੋਟ 'ਚ ਟਰਾਂਸਲੇਟ ਕਰ ਪਾਏ। ਮਾਹੌਲ ਪਿੰਡਾਂ 'ਚ ਵੀ ਉਨਾ ਹੀ ਹੈ, ਲੇਕਿਨ ਕਿਤੇ ਨਾ ਕਿਤੇ ਸਾਡਾ ਸੰਗਠਨਾਤਮਕ ਢਾਂਚਾ ਲਈ ਉਹਦਾ ਸਟਰੈਂਥਨ ਨਹੀਂ ਹੋਇਆ, ਕਿਉਂਕਿ ਹਲੇ ਅਲਾਇੰਸ ਟੁੱਟਣ ਨੂੰ ਜੁੰਮਾ ਥੋੜ੍ਹੇ ਦਿਨ ਹੋਏ ਆ। ਤੁਸੀਂ ਦੇਖਣਾ ਆਉਣ ਵਾਲੀਆਂ ਬਲਾਕ ਸਮਿਤੀ, ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨਾਂ 'ਚ, ਸਰਪੰਚੀ ਦੇ ਇਲੈਕਸ਼ਨਾਂ 'ਚ ਬੀਜੇਪੀ ਤਗੜੀ ਹੋ ਕੇ ਲੜੇਗੀ। ਅਗਲਾ ਨਿਸ਼ਾਨਾ ਪਹਿਲਾਂ ਤਾਂ ਜਲੰਧਰ ਵੈਸਟ ਆ ਗਿਆ ਨਾ ਜੀ? ਜਲੰਧਰ ਵੈਸਟ ਤਾਂ ਬੀਜੇਪੀ ਜਿੱਤੇਗੀ, ਨਿਸ਼ਚਿਤ ਰੂਪ ਨਾਲ ਜਿੱਤੇਗੀ। ਸਿਟਿੰਗ MLA ਸਾਡਾ ਬੜਾ ਉਹਨੇ ਕੰਮ ਕੀਤਾ ਔਰ ਬੜਾ ਇੱਕ ਸਿਧਾਂਤਕ ਫੈਸਲਾ ਉਹਨੇ ਲਿਆ। ਦੇਖੋ, ਕੋਈ ਬੰਦਾ ਆਪਣੀ ਕੁਰਸੀ ਨਹੀਂ ਛੱਡਦਾ, ਉਹਨੇ ਬੰਦੇ ਨੇ ਆਪਣੀ ਕੁਰਸੀ ਛੱਡੀ ਕਿ ਯਾਰ ਮੈਂ ਇਹਨਾਂ ਚੋਰਾਂ 'ਚ, ਆਮ ਆਦਮੀ ਪਾਰਟੀ ਵਾਲੇ ਠੱਗਾਂ 'ਚ ਨਹੀਂ ਰਹਿ ਸਕਦਾ, ਮੈਂ ਤਾਂ ਛੱਡ ਕੇ ਬੀਜੇਪੀ 'ਚ ਵਾਪਸ ਆਉਣਾ। ਘਰ ਵਾਪਸੀ ਉਹਨੇ ਕੀਤੀ ਹੈ, ਨਿਸ਼ਚਿਤ ਰੂਪ ਨਾਲ ਹਲਕੇ ਦੇ ਲੋਕ ਇਸ ਗੱਲ ਨੂੰ ਪ੍ਰਵਾਨ ਕਰਨਗੇ ਔਰ ਸਰਕਾਰ ਦੀ ਸਾਰੇ ਜ਼ੋਰ ਜਿੰਨਾ ਲਾਣਾ ਲਾ ਲਏ ਭਗਵੰਤ ਮਾਨ, ਉੱਥੇ ਪੁਲਿਸ ਦਾ ਜ਼ੋਰ ਲਾ ਲਿਆ ਇਹਨਾਂ ਨੇ, ਇਹਨਾਂ ਨੇ ਹੁਣ ਧਮਕੀਆਂ, ਇਹਨਾਂ ਨੇ ਜੋ ਹੱਥ ਕੰਡੇ ਅਪਣਾਉਣੇ ਅਪਣਾ ਲੈਣ। ਜਲੰਧਰ ਵੈਸਟ ਬੀਜੇਪੀ ਜਿੱਤੇਗੀ, ਸ਼ੀਤਲ ਅੰਗਰਾਲ ਜਿੱਤੇਗਾ ਔਰ ਸ਼ੀਤਲ ਅੰਗਰਾਲ ਉਮੀਦਵਾਰ ਹੋਣਗੇ, ਇਹ ਕਰੀਬ ਕਰੀਬ ਤੈਅ ਮੰਨੀਏ? ਮੈਨੂੰ ਪੂਰੀ ਉਮੀਦ ਹੈ, ਬਾਕੀ ਫੈਸਲਾ ਦੇਖੋ ਪਾਰਟੀ ਨੇ ਕਰਨਾ, ਪਰ ਮੈਨੂੰ ਆਪਣੀ ਪਾਰਟੀ ਤੇ ਉਮੀਦ ਹੈ ਕਿ ਜਿਸ ਵਿਅਕਤੀ ਨੇ ਐਡਾ ਸਿਧਾਂਤਕ ਫੈਸਲਾ ਲਿਆ ਹੈ, ਪਾਰਟੀ ਨੂੰ ਟਿਕਟ ਵੀ ਜ਼ਰੂਰ ਦੇਗੀ ਔਰ ਉਹ ਜ਼ਰੂਰ ਜਿੱਤੇਗਾ ਵੀ। ਸੋ ਪੰਜਾਬ 'ਚ ਬੀਜੇਪੀ ਦਾ ਰਾਈਜ਼ ਹੋ ਰਿਹਾ ਹੈ ਔਰ ਬੀਜੇਪੀ ਹੋਰ ਤਗੜੀ ਹੋ ਕੇ ਇਲੈਕਸ਼ਨ ਲੜੇਗੀ। ਅੱਜ ਦਾ ਮੰਥਨ ਇਹੀ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਕਿਵੇਂ ਜਿੱਤਣੀਆਂ। ਤਾਂ ਅਨੀਤਾ ਸੋਮ ਪ੍ਰਕਾਸ਼ ਵੀ ਆ ਗਏ ਨੇ ਸੁਖਿੰਦਰ, ਇੱਧਰ ਅਨੀਤਾ ਸੋਮ ਪ੍ਰਕਾਸ਼ ਜੀ ਆ ਗਏ ਨੇ, ਨਾਲ ਸੋਮ ਪ੍ਰਕਾਸ਼ ਜੀ ਵੀ ਨੇ, ਉਹ ਦੂਜੇ ਤਾਰੇ ਨਾਲ ਬਿਜ਼ੀ ਨੇ, ਤਾਂ ਅਸੀਂ ਮੈਡਮ ਵੱਲ ਹੋ ਜਾਂਦੇ ਹਾਂ।
ਅਨੀਤਾ ਸੁਪਰਕਾਸ਼ ਜੀ, ਕਿਵੇਂ ਦੇਖੀਏ ਤੁਹਾਡੀ ਸੀਟ ਤੇ? ਤੁਸੀਂ ਬੜੇ ਆਸਵੰਦ ਸੀ ਔਰ ਮਾਹੌਲ ਵੀ ਉੱਥੇ ਕੁਝ ਅਲੱਗ ਦੇਖਿਆ ਜਾ ਰਿਹਾ ਸੀ, ਪੂਰੇ ਪੰਜਾਬ ਦੇ ਵਿੱਚ ਤੁਹਾਡੀ ਸੀਟ ਅਲੱਗ ਵੇਖੀ ਜਾਂਦੀ ਸੀ, ਕੀ ਕਾਰਨ ਤੁਹਾਨੂੰ ਲੱਗਦਾ ਹੈ ਕਿ ਸੀਟ ਉੱਥੋਂ ਗਈ ਔਰ ਅੱਜ ਮੰਥਨ ਹੋਣਾ? ਅੱਜ ਮੰਥਨ ਕਰਨ ਲਈ ਆਏ ਆ, ਮੀਟਿੰਗ ਬੁਲਾਈ ਆ, ਇਲੈਕਸ਼ਨ ਬਹੁਤ ਅੱਛੀ ਰਹੀ ਆ, ਪਬਲਿਕ ਦਾ ਬਹੁਤ ਪਿਆਰ ਮਿਲਿਆ, ਏਦਾਂ ਦੀ ਕੋਈ ਗੱਲ ਨਹੀਂ ਹੈ। ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਲੜਦੇ ਆ, ਜਿੱਤ ਹਾਰ ਤੇ ਲਿਖੀ ਹੁੰਦੀ ਆ, ਔਰ ਇਹਦੇ ਵਿੱਚ ਕੁਛ ਵੀ ਨਹੀਂ ਸੋਚਣਾ ਚਾਹੀਦਾ। ਆਉਣ ਵਾਲੇ ਸਮੇਂ 'ਚ ਬੀਜੇਪੀ ਦੀ ਹੀ ਸਰਕਾਰ ਆਊਗੀ। ਸਤਾਈ ਤੁਹਾਡੇ ਨੇੜੇ ਲੱਗਦੀ ਜੀ ਸੀਟ ਹੀ ਹੈ ਜਲੰਧਰ ਵੈਸਟ, ਜਿੱਥੇ ਫਿਰ ਸਿਰ ਤੇ ਇਲੈਕਸ਼ਨ ਆ ਗਈ ਆ, ਬੜੇ ਥੋੜੇ ਦਿਨ ਬਚੇ ਨੇ, ਤਾਂ ਉਹਨੂੰ ਲੈ ਕੇ ਕਿਤੇ ਨਾ ਕਿਤੇ ਆਉਂਦੇ ਵੀ ਨੇੜੇ ਵਾਲਾ ਦਾ ਜ਼ੋਰ ਬੜਾ ਲੱਗ ਜਾਂਦਾ? ਨੇੜੇ ਉਹਦਾ ਤਾਂ ਰਣਨੀਤੀ ਹੈ, ਕੈਂਡੀਡੇਟ ਅਨਾਊਂਸ ਹੋ ਜਾਊਗੇ ਤੇ ਫਿਰ ਨਾਲ ਦੀ ਨਾਲ ਤਿਆਰੀਆਂ ਸ਼ੁਰੂ ਆ, ਪਹਿਲਾਂ ਹੀ ਸ਼ੁਰੂ ਆ, ਉਹ ਤੇ ਇਲੈਕਸ਼ਨ ਲੜਨੀ ਆ, ਜ਼ੋਰ ਨਾਲ ਲੜਨੀ ਆ ਉਹ ਵੀ। ਅੱਛਾ, ਇੱਕ ਜਦੋਂ ਆਪਾਂ ਪਹਿਲਾਂ ਮਿਲੇ ਸੀ ਇਲੈਕਸ਼ਨ ਤੋਂ, ਜਦੋਂ ਤੁਹਾਡੀ ਟਿਕਟ ਅਨਾਊਂਸ ਹੋਈ ਸੀ ਉਦੋਂ ਮਿਲੇ ਸੀ, ਤਾਂ ਤੁਸੀਂ ਬੜੇ ਆਸਵੰਦ ਸੀ, ਉਦੋਂ ਵੀ ਤੁਹਾਡੇ ਚਿਹਰੇ ਤੇ ਇਹੀ ਸਮਾਈਲ ਸੀ, ਸੀਟ ਨਹੀਂ ਮਿਲੀ ਤਾਂ ਵੀ ਇਹੀ ਸਮਾਈਲ ਆ, ਤਾਂ ਤੁਸੀਂ ਕਹਿ ਰਹੇ ਸੀ ਕਿ ਮੇਰੀ ਇਹ ਸਮਾਈਲ ਪੋਜ਼ਿਟਿਵ ਜਾਏਗੀ, ਕੀ ਕਾਰਨ ਬਣੀ, ਕਿ ਦਿੱਕਤ ਕਿੱਥੇ ਆ ਗਈ? ਨਹੀਂ, ਕੋਈ ਦਿੱਕਤ ਨਹੀਂ ਸੀਗੀ, ਕਈ ਇੱਕ ਦੋ ਹਲਕਿਆਂ 'ਚ ਜਿਹੜੀ ਪ੍ਰੋਬਲਮ ਸੀਗੀ ਉਹ ਹੈ ਸੀ, ਪਰ ਕੋਈ ਵੀ ਮੈਨੂੰ ਕੋਈ ਇੱਦਾਂ ਦਾ ਨਹੀਂ ਲੱਗਿਆ, ਨੈਗੇਟਿਵ ਪੁਆਇੰਟ ਨਹੀਂ ਲੱਗਿਆ। ਪਿਆਰ ਬਹੁਤ ਪਬਲਿਕ ਦਾ ਮਿਲਿਆ, ਬਾਕੀ ਵੋਟਰ ਦੀ ਇੱਛਾ ਹੁੰਦੀ ਹੈ ਕਿ ਕਿਹਨੂੰ ਅਸੀਂ ਵੋਟ ਪਾਉਣੀ ਹੈ, ਹੌਲੀ ਹੌਲੀ ਸਾਰਾ ਚੇਂਜ ਆਊਗਾ ਔਰ ਬੀਜੇਪੀ ਦੀ ਸਰਕਾਰ ਬਣੂਗੀ। ਤਾਂ ਬੜੇ ਆਸਵੰਦ ਨੇ ਜੀ, ਫਿਰ ਤੋਂ ਕਹਿੰਦੇ ਨੇ ਕਿ ਦੇਖੋ ਸੁਨੀਲ ਕੁਮਾਰ ਜਾਖੜ ਉੱਧਰ ਨਜ਼ਰ ਆ ਰਹੇ ਨੇ, ਜਾ ਰਹੇ ਨੇ, ਔਰ ਚਰਚਾਵਾਂ ਜਿਹੜੀਆਂ ਨੇ ਉਹਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਬੜੀ ਮਹੱਤਵਪੂਰਨ ਮੀਟਿੰਗ ਹੋਣੀ ਹੈ। ਸੁਸ਼ੀਲ ਕੁਮਾਰ ਰਿੰਕੂ ਨੇ ਅੰਦਰ ਜਾ ਰਹੇ ਨੇ ਮੀਟਿੰਗ ਦੇ ਵਿੱਚ, ਰਿੰਕੂ ਜੀ ਜਾਂਦੇ ਜਾਂਦੇ ਇੱਕ ਮਿੰਟ ਦੇ ਜੋ, ਸੁਸ਼ੀਲ ਕੁਮਾਰ ਰਿੰਕੂ ਵੀ ਅੰਦਰ ਜਾ ਰਹੇ ਨੇ। ਰਿੰਕੂ ਜੀ, ਆਪਣੀ ਕੱਲ੍ਹ ਵੀ ਗੱਲ ਹੋ ਰਹੀ ਸੀ ਮੀਟਿੰਗ ਦੇ ਵਿੱਚ ਅੱਜ ਮੰਥਨ ਹੋਣਾ, ਤਾਂ ਤੁਹਾਡੇ 'ਤੇ ਤਾਂ ਦੂਰੀ ਜ਼ਿੰਮੇਵਾਰੀ ਵੀ ਹੈ, ਇੱਕ ਤਾਂ ਮੰਥਨ ਵੀ ਹੋਣਾ ਅਤੇ ਦੂਜਾ ਗਾਂਹ ਵੀ ਵੈਸਟ ਵਾਲੀ ਸੀਟ ਦੀ ਵੀ ਜ਼ਿੰਮੇਵਾਰੀ ਪੈਣੀ ਹੈ। ਹਾਂ, ਕੋਈ ਗੱਲ ਨਹੀਂ, ਅਸੀਂ ਹਰ ਜ਼ਿੰਮੇਵਾਰੀ ਭੁਗਤਣ ਲਈ ਔਰ ਉਠਾਉਣ ਲਈ ਤਿਆਰ ਹਾਂ, ਔਰ ਅੱਜ ਦਾ ਜਿਹੜਾ ਮੰਥਨ ਹੈ ਕਿ ਕਿੱਥੇ ਕਿੱਥੇ ਕੋਈ ਕਮੀ ਰਹਿ ਗਈ ਹੈ ਉਹਦੇ 'ਤੇ ਵਿਚਾਰ ਹੋਏਗਾ, ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਅਸੀਂ 2027 ਲਈ ਜਿਹੜੀ ਹੈ ਉਹਦੀਆਂ ਤਿਆਰੀਆਂ ਕਰ ਸਕੀਏ। ਜੋੜ ਘਟਾਓ ਤਾਂ ਤੁਸੀਂ ਕਰਿਆ ਹੋਵੋਗੇ, ਹਾਲਾਂਕਿ ਅੰਦਰ ਮੰਥਨ ਹੋਣਾ, ਤੁਸੀਂ ਅੰਦਰ ਹੀ ਗੱਲ ਰੱਖਣੀ ਹੈ, ਪਰ ਮੁੱਖ ਤੌਰ 'ਤੇ ਇੱਕ ਦੀ ਚੀਜ਼ ਸਮਝਣੀ ਚਾਹੀਏ ਕਿ ਜਿਹੜੀ ਚੀਜ਼ 'ਤੇ ਤੁਸੀਂ ਮੁੱਖ ਤੌਰ 'ਤੇ ਗੱਲ ਕਰਨੀ ਚਾਹੋਗੇ ਅੰਦਰ, ਕਿ ਆਹ ਜੇ ਚੀਜ਼ ਆਪਾਂ ਠੀਕ ਰੱਖਦੇ ਤਾਂ ਸ਼ਾਇਦ ਫਰਕ ਪੈਂਦਾ? ਜਿਹੜੀ ਗੱਲ ਅੰਦਰ ਕਰਨ ਵਾਲੀ ਹੈ ਉਹ ਅੰਦਰ ਹੀ ਕਰਾਂਗੇ, ਜਿਹੜੀ ਗੱਲ ਤੁਹਾਡੇ ਨਾਲ ਕਰਨ ਵਾਲੀ ਉਹ ਬਾਹਰ ਆ ਕੇ ਤੁਹਾਡੇ ਨਾਲ ਵੀ ਕਰਾਂਗੇ।